ਜਿਹੜੇ ਪੁਲਿਸ ਮੁਲਾਜ਼ਮ ਲੱਗੇ ਹੋਏ ਆ ਸਾਡੇ ਉਹ ਚਕਰਾਣਿਆਂ ਦੇ ਸਾਡੇ ਮੱਤੇ ਪਿੰਡ ਚੋਂ ਉਹ ਵੀ ਮਤਲਬ ਪੈਸੇ ਵੰਡੀ ਜਾਂਦੇ ਉਹ ਵੀ ਪੰਚਾਇਤ ਘਰ 'ਚ ਜਾ ਕੇ ਯਾਰ ਜਿਹੜਾ ਬੰਦਾ ਸਾਡੇ ਸਰਪੰਚੀ ਦੀ ਚੋਣ ਲੜ ਰਿਹਾ ਉਹਦਾ ਕੁੱਤਾ ਉਹਦੇ ਮਗਰ ਨਹੀਂ ਆਉਂਦਾ ਜੇ ਉੱਠ ਕੇ ਕਿਧਰੇ ਜਾ ਵੜੇ ਤੇ ਪਿੰਡ ਦੀ ਵੋਟ ਉਹਨੂੰ ਪੈਣੀ ਕਿੱਥੇ ਆ ਆਹ ਸਾਰਾ ਕੁਛ ਜਿਹੜੀ ਅਫਸਰਸ਼ਾਹੀ ਹੈ ਇੱਕ ਧੱਕੇ ਨਾਲ ਜਿਹੜਾ ਗਲਤ ਬੰਦਾ ਸਾਡੇ 'ਤੇ ਜਿਹੜਾ ਸਰਪੰਚ ਆ ਥੋਪਿਆ ਜਾ ਇੱਥੇ ਅਸਲੇ ਨਾਲ ਲੈਸ ਹੋ ਕੇ ਮੱਤੇ ਪਿੰਡ ਬਾਹਰੋਂ ਬੰਦੇ ਬਹੁਤ ਇਹਨਾਂ ਦੇ ਪੋਲਿੰਗ ਇਹਨਾਂ ਦੇ ਘਰੇ ਬੈਠੇ ਆ ਵੀ ਸ਼ਾਮ ਨੂੰ ਵੋਟਾਂ ਦੀ ਗਿਣਤੀ ਬਹੁਤ ਦੂਰ ਦੀ ਗੱਲ ਆ ਇਹਨਾਂ ਨੇ ਸਾਨੂੰ ਜਿਹੜਾ ਮਾਰਨ ਦੀ ਆ ਉਹ ਪਲਾਨ ਵੀ ਬਣਾਇਆ ਤੋਂ ਪਤਾ ਲੱਗਾ ਕਿੰਨੇ ਕਿੰਨੇ ਪੈਸੇ ਦੇ ਰਹੇ 1000 ਰੁਪਿਆ ਪਰ ਵੋਟ ਕਿਵੇਂ ਤੁਰੇ ਫਿਰਦੇ ਆ ਸਾਰੇ ਪਿੰਡ 'ਚ ਹਾਂ ਤੁਰੇ ਫਿਰਦੇ ਤਾਂ ਐਂ ਵੀ ਲੱਗਦਾ ਵੀ ਹੋਰ ਅੱਧੇ ਘੰਟੇ ਨੂੰ ਵੀ ਇੱਥੇ ਅਮੋਲ ਕਿਹੜਾ MLA ਆ ਕੇ ਵੀ ਅੰਦਰ ਜਾਊਗਾ ਸਾਡੀਆਂ ਵੋਟਾਂ ਜਿਹੜੀਆਂ ਸਾਡੇ ਵਾਲੇ ਕੈਂਡੀਡੇਟ ਦੀਆਂ ਸਾਰੀਆਂ ਜਿਹੜੀਆਂ ਉਹ ਘੁਮਾ ਕੇ ਦੂਜੇ ਪਾਸੇ ਕਰ ਅੰਦਰੋਂ ਸਾਡੇ ਬੰਦੇ ਕੱਢ ਰਹੇ ਆ ਵੀ ਵੋਟ ਸਭ ਤੋਂ ਵੱਧ ਸਾਡੇ ਕੈਂਡੀਡੇਟ ਨੂੰ ਪੈ ਰਹੀ ਆ ਲੋਕਵਾਣੀ ਟੀਵੀ ਨਾਲ ਜੁੜਿਓ ਤੁਸੀਂ ਮੈਂ ਤਾਂ ਅੱਜ ਕੁਝ ਮਿੰਟ ਰਹਿ ਗਏ ਆ ਪਿੰਡਾਂ ਨੂੰ ਆਪਣਾ ਦੇ ਸਰਪੰਚ ਮਿਲ ਜਾਣਗੇ ਇਹਨਾਂ ਮਿੰਟਾਂ ਦੇ ਵਿੱਚ ਜਿਹੜੀ ਹੇਰ ਬਦਲ ਹੁੰਦੀ ਹੈ ਸਾਰੀ ਪਿੰਡ ਮੱਤਾ ਵਿੱਚ ਖੜੇ ਆ ਮੱਤਾ ਪਿੰਡ ਜਿਨ੍ਹਾਂ ਨੇ ਮਗਰਲੇ ਦਿਨਾਂ ਵਿੱਚ ਤੁਸੀਂ ਦੇਖਿਆ ਧਰਨਾ ਵੀ ਲੱਗਿਆ ਰਿਹਾ ਸੂਏ ਦੇ ਉੱਤੇ ਜੈਤੋ ਦੇ ਵਿੱਚ ਤਾਂ ਉੱਥੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਧਿਰ ਹੈ ਉਹਨਾਂ ਦਾ ਜਿਹੜਾ ਸਰਪੰਚ ਉੱਠਿਆ ਉਹਨਾਂ ਦੇ ਵੱਲੋਂ ਪੈਸੇ ਵੰਡੇ ਜਾ ਰਹੇ ਆ ਵੀਡੀਓ ਵੀ ਇੱਕ ਬਣਾਈ ਗਈ ਹੈ ਗੱਲਬਾਤ ਕਰਦੇ ਆ ਕੀ ਪੂਰਾ ਮਾਮਲਾ ਬਈ ਸਭ ਤੋਂ ਪਹਿਲਾਂ ਬਈ ਕੀ ਹੋ ਰਿਹਾ ਪਿੰਡ ਵਿੱਚ ਕੀ ਚੱਲ ਰਿਹਾ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਹੁਤ ਧੰਨਵਾਦ ਕਰਦਾ ਨਾਲ ਮੈਂ ਇੱਕ ਬੇਨਤੀ ਕਰਦਾ ਵੀ ਅਸੀਂ ਲਗਾਤਾਰ ਜਿਹੜਾ ਧਰਨਾ ਚਲਾ ਰਹੇ ਸੀਗੇ ਜੈਤੋ ਕੋਟ ਰੋਡ 'ਤੇ ਪਿੰਡ ਮੱਤੇ ਵੱਲੋਂ ਅਤੇ ਹੋਰ ਅਨੇਕਾਂ ਪਿੰਡਾਂ ਵੱਲੋਂ ਵੀ ਜਿਹੜੀ ਸ਼ਰਮਾਏਦਾਰੀ ਦੀ ਧਿਰ ਹੈ ਜਿਹੜਾ ਇੱਥੋਂ ਦਾ MLA ਆ ਵੀ ਉਹ ਧੱਕੇ ਨਾਲ ਸਰਪੰਚ ਸਾਡੇ 'ਤੇ ਥੋਪ ਰਿਹਾ ਉਹਦੀ ਅੱਜ ਜਿਹੜੀ ਦੁੱਧ ਦਾ ਦੁੱਧ ਆ ਪਾਣੀ ਦਾ ਪਾਣੀ ਚਾਹੇ ਸਾਡੀ ਜਿਹੜੀ ਰੱਦ ਕੀਤੀ ਆ ਜਿਹੜੀ ਕਾਗਜ਼ ਰੱਦ ਕੀਤੇ ਹੈਗੇ ਆ ਅਸੀਂ ਉਹਨੂੰ ਨਜਾਇਜ਼ ਦੱਸਦੇ ਹਾਂ ਉਹ ਜਾਇਜ਼ ਦੱਸਦੇ ਆ ਮਾਨਯੋਗ ਹਾਈਕੋਰਟ ਵੱਲੋਂ ਵੀ ਚਲੋ ਸਾਡੇ ਪੱਖ 'ਚ ਜਿਹੜਾ ਫੈਸਲਾ ਨਹੀਂ ਆਇਆ ਸੀ ਸਿਰ ਮੱਥੇ ਪ੍ਰਵਾਨ ਪਰ ਇੱਥੋਂ ਦੇ MLA ਨੇ ਅਤੇ ਇੱਥੋਂ ਦੀ ਅਫਸਰਸ਼ਾਹੀ ਨੇ ਰਲ ਕੇ ਜਿਹੜੇ ਕਰਦਾ ਇੱਕ ਭਗਤ ਬੰਦੇ ਦੇ ਠੀਕ ਬੰਦੇ ਦੇ ਜਿਹੜੇ ਰੱਦ ਕੀਤੇ ਸੀ ਇਸ ਕਰਕੇ ਆ ਸਾਰਾ ਪਿੰਡ ਮੱਤਾ ਸੂਏ 'ਤੇ ਬੈਠਾ 7-8 ਦਿਨ ਧਰਨਾ ਚੱਲਿਆ ਅਤੇ ਸਭ ਤੋਂ ਵੱਧ ਜ਼ੋਰ ਲੱਗਿਆ ਪੁਲਿਸ ਪ੍ਰਸ਼ਾਸਨ ਦਾ ਅਸੀਂ ਬੇਨਤੀਆਂ ਕਰ ਚੁੱਕੇ ਵੀ ਆਹ ਜਿਹੜਾ ਸਰਪੰਚ ਹੈ ਇਹ ਪਿੰਡ ਲਈ ਹਾਨੀਕਾਰਕ ਹੈ ਇਹ ਪਿੰਡ ਲਈ ਬਹੁਤ ਮਤਲਬ ਮਾੜਾ ਬੰਦਾ ਉਹਦੀ ਅੱਜ ਜਿਹੜੀ ਦਿੱਖ ਆ ਸਾਰੀ ਸਾਹਮਣੇ ਆਈ ਆ ਹੁਣ ਸਾਡੇ 2 ਕੈਂਡੀਡੇਟ ਸੀਗੇ ਜਦੋਂ ਸਾਡੇ ਬੰਦੇ ਦੇ ਜਿਹੜੇ ਕਾਗਜ਼ ਰੱਦ ਹੋ ਗਏ ਅਸੀਂ ਇੱਕ ਗਰੀਬ ਘਰ ਦਾ ਮੁੰਡਾ ਜਿਹੜਾ ਸਾਰਿਆਂ ਨੇ ਮਜ਼ਦੂਰਾਂ ਨੇ ਕਿਸਾਨਾਂ ਨੇ ਕਹਿ ਤਾ ਵੀ ਆਹ ਜਿਹੜਾ ਗਰੀਬ ਘਰ ਦਾ ਮੁੰਡਾ ਬਣਾ ਦਿਓ ਸਾਰੀਆਂ ਕੌਮਾਂ ਨੇ ਇਕੱਠ ਕਰਕੇ ਅੱਜ ਜਦੋਂ ਸਾਰਾ ਦਿਨ ਹੋ ਗਿਆ ਵੋਟਿੰਗ ਹੋਈ ਜਾਂਦੀ ਆ ਪੋਲ ਹੋਈ ਜਾਂਦੀ ਆ ਪਿੰਡ ਮੱਤੇ ਇੱਥੇ SPD ਸਾਹਿਬ ਵੀ ਆਉਂਦੇ ਆ DSP ਸੁਖਦੀਪ ਸਿੰਘ ਜੀ ਜਿਹੜੇ ਜੈਤੋ ਲੱਗੇ ਆ ਅਤੇ ਸਰਦਾਰ ਰਜੇਸ਼ ਕੁਮਾਰ ਜਿਹੜੇ SHO ਲੱਗੇ ਆ ਉਹ ਵਾਰ ਵਾਰ ਇੱਥੇ ਟੀ 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 ਕਰਦੇ ਲੰਘ ਜਾਂਦੇ ਅਤੇ DSP ਇਹ ਗੱਲ ਕਹਿ ਕੇ ਜਾਂਦਾ ਸਾਨੂੰ ਸਾਡੇ ਜਿਹੜਾ ਹਰਜਿੰਦਰ ਸਿੰਘ ਫੌਜੀ ਨੂੰ ਵੀ ਹਿਸਾਬ ਲੈ ਲਓ ਜੇ ਅੰਦਰ ਵੜੇ ਤਾਂ ਅਸੀਂ ਐਂ ਕਰ ਦਾਂਗੇ ਅਸੀਂ ਜੌਂ ਕਰ ਦਾਂਗੇ ਅਤੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਸਾਰੇ ਨੂੰ ਵਾਰੀ ਵਾਰੀ ਬੇਨਤੀ ਕਰ ਚੁੱਕੇ ਹਾਂ ਵੀ ਭਰਾਵੋ ਇੱਥੇ ਅਸਲੇ ਨਾਲ ਲੈਸ ਹੋ ਕੇ ਮੱਤੇ ਪਿੰਡ ਬਾਹਰੋਂ ਬੰਦੇ ਬਹੁਤ ਇਹਨਾਂ ਦੇ ਪੋਲਿੰਗ ਇਹਨਾਂ ਦੇ ਘਰੇ ਬੈਠੇ ਆ ਪਰ ਕੋਈ ਪੜਤਾਲ ਹੀ ਨਹੀਂ ਕੋਈ ਆ ਹੀ ਨਹੀਂ ਰਿਹਾ ਅੰਦਰੋਂ ਸਾਡੇ ਬੰਦੇ ਕੱਢ ਰਹੇ ਆ ਵੀ ਵੋਟ ਸਭ ਤੋਂ ਵੱਧ ਸਾਡੇ ਕੈਂਡੀਡੇਟ ਨੂੰ ਪੈ ਰਹੀ ਆ ਇਸ ਕਰਕੇ ਇੱਕ ਪਾਸੇ ਸ਼ਰਮਾਏਦਾਰੀ ਆ ਅਤੇ ਇੱਕ ਪਾਸੇ ਇੱਕ ਆਮ ਘਰ ਦਾ ਜਿਹੜਾ ਮਜ਼ਦੂਰਾਂ ਦਾ ਮੁੰਡਾ ਖੜਾ ਹੈਗਾ ਦੂਜੀ ਗੱਲ ਵੀ ਇੱਥੇ ਸਾਡੇ ਪਿੰਡ ਦੇ 2 ਮੁੰਡੇ ਭਰਤੀ ਹੋਏ ਆ ਮੁਲਾਜ਼ਮ ਹੈ ਪੁਲਿਸ 'ਚ ਚਾਹੇ ਉਹਨਾਂ ਦੀਆਂ ਘਰ ਵਾਲੀਆਂ ਪਹਿਲਾਂ ਸਰਪੰਚ ਰਹੀਆਂ ਅਤੇ ਇੱਕ ਹੁਣ ਵੀ ਸਰਬਸੰਮਤੀ ਨਾਲ ਜਿਹੜਾ ਜਿਹੜੀ ਹੈਗੀ ਆ ਕੁੜੀ ਆ ਉਹ ਭੈਣ ਆ ਸਾਡੀ ਵੀ ਉਹ ਸਰਪੰਚ ਬਣੀ ਆ ਭਾਵ ਇਹ ਹੈ ਵੀ ਉਹ ਇੱਥੇ ਇੱਕ ਸਾਡੇ ਸੈਲਰ ਆ ਬੋਵੀ ਮਤਲਬ ਬਹੁਤ ਤਕੜਾ ਬੰਦਾ ਉਹਦਾ ਉਹ ਤਾਂ ਬਾਹਰਲੇ ਪਾਸੇ ਸਿਵਿਆਂ ਕੋਲ ਜਿੱਤਗਲ ਨੂੰ ਜਦੋਂ ਜਾਂਦੇ ਆ ਮੱਤਿਓਂ ਉੱਥੇ ਬਹੁਤ ਵੱਡੀ ਗਿਣਤੀ ਦੇ ਨਾਲ ਉੱਥੇ ਲੋਕਾਂ ਨੂੰ ਇਕੱਠੇ ਕੀਤੇ ਗਿਆ ਪਿੰਡ 'ਚੋਂ ਅਤੇ ਉਹ ਜਿਹੜੇ ਪੁਲਿਸ ਮੁਲਾਜ਼ਮ ਲੱਗੇ ਹੋਏ ਆ ਉਹਨਾਂ ਨੇ ਖੁੱਲ੍ਹ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਪਹਿਲਾਂ ਸਾਰੇ ਮੱਤੇ ਪਿੰਡ 'ਚ ਕੰਪੇਨ ਕੀਤੀ ਨਾਲ ਨਾਲ ਉਹਨਾਂ ਨੇ ਆ ਪੈਸੇ ਵੰਡਣ ਵਾਲਾ ਕੰਮ ਕੀਤਾ ਜਿਹੜੀਆਂ ਅਸੀਂ ਤੁਹਾਨੂੰ ਵੀਡੀਓ ਦੇ ਰਹੇ ਹਾਂ ਉਹ ਵੀ ਮਤਲਬ ਜਿਹੜੇ ਸਬੂਤਾਂ ਦੇ ਆਧਾਰ 'ਤੇ ਗੱਲ ਕਰਦੇ ਹਾਂ ਆਪਾਂ ਨਾਲ ਜਿਹੜੀ ਗੱਲ ਕਰਦੇ ਹਾਂ ਅਸੀਂ ਵਾਰ ਵਾਰ ਇੱਥੋਂ ਦੇ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਵੀ ਸਾਡੀ ਜਿਹੜੀ ਆ ਚੋਣ ਆ ਪਾਰਦਰਸ਼ੀ ਕਰਾਈ ਜਾਵੇ ਕਿਸੇ ਆਲਾ ਅਧਿਕਾਰੀ SSP ਦੇ ਧਿਆਨ 'ਚ ਲਿਆ ਕੇ ਵੀ ਇਹ ਅੰਦਰ ਜਿਹੜੀ ਗਿਣਤੀ ਉਹ ਕਰਾਈ ਜਾਵੇ ਦੇਖੋ ਇੱਕ ਪਾਸੇ ਪੈਸੇ ਇੱਕ ਜਗ੍ਹਾ ਨਹੀਂ 10 ਜਗ੍ਹਾ ਉਹਨਾਂ ਦੇ ਬੰਦੇ ਆ ਜਿਹੜੇ ਵੀ ਉਹ ਪੈਸਾ ਵੰਡ ਰਹੇ ਆ ਲਗਾਤਾਰ ਅਸੀਂ ਕਲਿੱਪਾਂ ਉਹਨਾਂ ਦੀਆਂ ਬਣਾ ਰਹੇ ਹਾਂ ਲਗਾਤਾਰ ਉਹ ਆਪਦੇ ਵਹੀਕਲ ਛੱਡ ਕੇ ਵੀ ਭੱਜਦੇ ਨਜ਼ਰ ਆ ਰਹੇ ਆ
होर भी बहुत सारे इतने लोग अगवाई देने तैयार है भी दसो तुम भी कोई पैसे लैन जो कोई बंदा है तो दसो इस करके भी इतों का पुछते फिर कि पैसे। हाँ जी हाँ जी पिंडा के जी बहुत वंड भी चुके हैं पिंड मत्ते साढ़े चिट्टी मिट्टी असी वीडियो बना के लिया कोठे आ इधरले पासे पंचायत घर के जोड़े वही गिनती दे पैसे वंड रहे जो तुम दस भी मुलाजम है जोड़े भी वह पुलिस मुलाजम होने के बावजूद भी ये असी इतों के सामने इतों के अजरबर न फोन कर लिया कहते एस डम गल करो तो जो धरना चलता से उदो कहते भी एस डम के अधिकार खेत्र च नहीं आना अजरब न गल करो इस करके लोकतंत्र का घाण हो रहा आम आदमी पार्टी की जी सरकार तो जोड़ा इतने हो रहा भी जोड़ा इतने सरपंची की चोन लड़ रहा बंता सिंह भी जे सारी गलू आप पड़ताल च पही भी असी आपका धरना ठीक लाया इस करके ठीक है भी इतों की अफसरशाही इतों का सारा ताना बाणा उन्होंने जिताने च लग्या होया पर असी इत्थे हार नहीं मन जानी असी सबूतों के आधार पर हाई कोर्ट सुप्रीम कोर्ट चोन कमीशन फिर जावांगे जी। तुहाडे कोल है ने बंदे जिन्हां नूं ऑफर कीते हुण पैसे? हाँ जी है मुंडे आ रहे उन्हां दा फोन आया वो बस एक दो मिनटां च जिहड़े पहुंचे ही जांदे इत्थे बाकी असी तां इत्थे सीगे चिट्टी मिट्टी दे कोठे काफ़ी दूर पैंदे आ। की लगदा वी इह पैसे क्यों वंड रहे कि जित नहीं रहे हो वैसे? देखो उहनूं मैं पहलां वी तुहाडे चैनल राहीं इक गल कही सी भी जिहड़ा बंदा साढ़े सरपंची की चोण लड़ रहा उहदा कुत्ता उहदे मगर नहीं आउंदा जो उठ के किधरे जा वड़े ते पिंड दी वोट उहनूं पैणी कित्थे आ पर धक्के ना जिताउणा पैसे ने शराब ने इतों की अफसरशाही ने इतों की सरकार ने आ सारा कुछ जी अफसरशाही है एक धक्के जो गलत बंदा साढ़े तो जो सरपंच है थोपया जा रहा। हाँ जी एक चीज़ हो रहा लोगों को भी विकाऊ समझा जा रहा पैसे लैके वोट पा देने। देखो बहुत सारे साढ़े मजदूर आ किसान है साड़ी पिछले दिन धरने सांझ बनी है नहीं ले अगले ने जमीर नहीं बेचियां आ साडा कैंडीडेट खड़ा है इतने सरदार हरजिंदर सिंह फौजी अगला कहना ठीक है भी भाई कोई गल नहीं जे थोड़ा भी मैं जिमीदार है तो निक्का किसान है ज मजदूर है भी मैं हुण तुहाडे तों भजूंगा उधर वाले पासे तो नहीं गया ना सच वाले पासे रहा ना सारी टीम है साड़ी वो मजदूर का जिहड़ा मुंडा जिहड़ा राजपाल सिंह राजू है वो हक च वोट भुगतण की जिहड़ी आ असी ये सांझ बनाई है पर बहुत वड्डी एक समस्या है भी सवेर तो लैके शाम तक इत्थों दे डीएसपी नूं एस पी डी नूं वार वार बेनतियां करन दे बावजूद भी सानूं धक्के मार के बाहर कढ़िया जा रहा उन्हां दे बंदे अंदर ज़्यादा वाड़े जा रहे असल इन्हां नाल लैस हो के इन्हां दे बंदे आ हुण उन्हां दे पोल है जिहड़ा बूथ लग्या होया जिहड़ा पोलिंग बूथ उत्थे तुसीं देखियो भी अन आउण बंदे किन्ने बैठे आ वो क्लीन शेप वाले आ वो डबल वाले पासे आए हुए हरियाणे वाले पासे आए हुए भी वह कितों आ गए भी सवेर तक कलियां टू 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 करा भी यदा मतलब यह भी ताड़ियां जिहड़ियां चीकां ये सिर्फ सच्चे बंदियां नूं जिहड़ियां मतलब डराउण वास्ते हैगा ते झूठे दा साथ देना हैगा। की लगदा वोटां दे बाद जदों गिणती होगी उदों वी धक्का हो सकदा कोई तुहाडे नाल? देखो हो तां गया धक्का पैसा उहनां ने वंडता कागज़ रद्द उहनां ने कराते साढ़े ठीक बंदे दे अंदर सानूं नहीं वंड दे रहे धक्के ते धक्का करी जा रहे आ। ठीक है सब तो वड्डी गल है भी जिहड़े पुलिस मुलाजम लगे हुए आ साडे ओह चकराणियां दे साडे मत्ते पिंड चों ओह भी मतलब पैसे वंडी जांदे ओह भी पंचायत घर च जाके यार वह भी पंचायत घर च जाके फिर दसो असी तुहानूं वीडियो दिंदे आ अगला गल करे साडे नाल डिबेट करे बह के इस करके असी बेनती करदे आ इत्थों दे प्रशासन नूं भी जिहड़ा असी मूरली टीम आ जाने के मैं जिवें हरजिंदर सिंह फौजी आ भी सानूं बहुत वड्डा जिहड़ा जान तों इन्हां तों खतरा हैगा भी शाम नूं वोटां दी गिनती बहुत दूर दी गल आ इन्हां ने सानूं जिहड़ा जिहड़ा मारन दी आ वह प्लैनिंग भी बनाई हैगी। वंडे जा रहे जी पैसे पिंड दे विच? पर बंदे बाहर नहीं आई जी घंटा की हुंदा जी सिस्टम चलाउणा। हां जी हां जी हां जी हां जी बहुत ज्यादा पैसे वंडे जांदे जी ये धक्का जी लोकतंत्र का घाण है असी इतों के जरबर एस डी एम तो डी सी तो एस पी साहब अपने एस एस पी साहब मैडम जेडे प्रज्ञा जैन जी है तो इतों के मानयोग हाई कमान जिनी भी भगवंत मान की सरकार कहने भी यार तुम तो कहते आम घर के धी पुत बना लो बिना किसी मतभेद तो सरपंच बना लो भी तुम तो फिर आ सारा कुछ आप करवा रहे हैं यार ये बहुत जिहड़ा धक्का हो रहा लोगों का। तो भगवंत मान ने तो यह भी कहा सीगा मुख्यमंत्री ने कि पैसे ना वंडियो भुल जाओ कि थोड़े दुगने होणगे भी पैसे ना कोई लाओ सरपंच। देखो मेरी गल सुनो हुण जदों एक शरमाएदार बंदा धक्के नाल साडे ते थोपिया जा रहा
ਉਹਦਾ ਕਰੋੜ ਰੁਪਈਆ ਲੱਗਿਆ, ਉਹਦਾ 50 ਲੱਖ ਰੁਪਈਆ ਲੱਗਿਆ, ਉਹਨੇ ਬਾਈ ਵਸੂਲ ਤਾਂ ਕਰਨੀ ਆ। ਇਸ ਕਰਕੇ ਉਹ ਫਾਲਤੂ ਗੱਲਾਂ, ਭਗਵੰਤ ਮਾਨ ਵਾਧੀ ਘਾਟੀ 'ਚ ਬੋਲੀ ਜਾਂਦਾ ਰਹਿੰਦਾ, ਜਿਹੜਾ ਉਹਨੂੰ ਕੋਈ ਅਕਲ ਦਾ ਕੋਈ ਉਹਨੂੰ ਹੱਥ ਮਾਰਨਾ ਚਾਹੀਦਾ ਜੀ। ਬਾਈ ਕੀ ਹੋ ਰਿਹਾ ਤੁਹਾਡੇ ਪਿੰਡ ਦੇ ਵਿੱਚ? ਬਾਈ ਪੈਸੇ ਦਿੱਤੇ ਜਾ ਰਹੇ ਆ, ਪੈਸੇ ਦੇਣ ਵਾਲੇ 'ਚੋਂ ਸੁਖਚੈਨ ਸਿੰਘ ਆ, ਬੋਬੀ ਬਰਾੜ, ਪੈਸੇ ਲੈਣ ਵਾਲਿਆਂ ਦੇ ਨਾਂ ਨਹੀਂ ਦਿੰਦੇ ਗਏ, ਕਿਉਂਕਿ ਆਪਾਂ ਦੇਖੇ ਆ ਬੰਦੇ। ਤੁਸੀਂ ਦੇਖ ਕੇ ਆਇਓ ਪੈਸੇ ਵੰਡਦੇ? ਹਾਂ। ਅੰਦਾਜ਼ਨ ਕਿਉਂ ਤੁਹਾਨੂੰ ਪਤਾ ਲੱਗਾ ਕਿੰਨੇ ਪੈਸੇ ਦੇ ਰਹੇ? 1000 ਰੁਪਇਆ ਪਰ ਵੋਟ। 1000 ਰੁਪਇਆ ਦੇ ਰਹੇ ਆ? ਹਾਂਜੀ। ਕਿਵੇਂ ਤੁਰੇ ਫਿਰਦੇ ਆ ਸਾਰੇ ਪਿੰਡ? ਹਾਂ ਤੁਰੇ ਫਿਰਦੇ ਆ ਜੀ। ਵੀਡੀਓ ਬਣਾਈ ਹੈ ਕੋਈ? ਵੀਡੀਓ ਬਣਾਈ ਪਰ ਉਹ ਸਾਫ਼ ਨਹੀਂ ਆਏਗੀ। ਸਾਫ਼ ਨਹੀਂ ਆਏਗੀ? ਹਾਂ ਵੀਡੀਓ ਬਣਾਈ। ਸਾਡੀਆਂ ਵੋਟਾਂ ਜਿਹੜੀਆਂ ਸਾਡੇ ਵਾਲੇ ਕੈਂਡੀਡੇਟ ਦੀਆਂ ਸਾਰੀਆਂ ਜਿਹੜੀਆਂ ਉਹ ਘੁਮਾ ਕੇ ਦੂਜੇ ਪਾਸੇ ਕਰੂਗਾ ਜੀ।